ਸਭ ਕੁ ਪਤਾ ਹਾਂ ਕੂੜ ਤੇ ਕੂੜ ਮਾਰਿਆ ਵੇਦਾ ਪੇ ਬਾਲਾਂ ਦੇ ਨਾਂ ਤੇ ਦੁਨੀਆ ਦੇ ਮਹਾਂਗੇ ਤਰੀਨ ਫਲੈਟਸ ਗਿਧੇ ਗਏ ਕੱਲ ਇਹਤਸਾਬ ਅਦਾਲਤ ਇੱਕ ਤਾਕਤਵਰ ਕੋ ਸਜ਼ਾ ਸੁਣਾਈ ਮੁਲਕ ਕੋ ਦਲਦਲ ਤੋਂ ਕੱਢਣ ਸੰਗ ਇਸਲਾਮੀ ਅਸੂਲ ਬਣਾਉਣਾ ਹੋਸਨ ਇਮਰਾਨ ਖਾਨ ਦਾ ਉਲਮਾ ਮਸ਼ਾਇਕ ਕਾਨਫਰੰਸ ਤੋਂ ਖਿਤਾਬ ਇਵਨ ਫੀਲਡ ਰੈਫਰੈਂਸ ਨਵਾਜ਼ ਸ਼ਰੀਫ ਮਰੀਮ ਨਵਾਜ਼ ਤੇ ਕੈਪਟਨ ਰਿਟਾਇਰਡ ਸਫਦਰ ਦੇ ਵਾਰੰਟ ਗ੍ਰਿਫਤਾਰੀ ਜਾਰੀ ਨੈਬ ਦੀ ਦਰਖਾਸਤ ਤੇ ਵਜ਼ਾਰਤ ਤੇ ਦਾਖਲਾ ਕੈਪਟਨ ਰਿਟਾਇਰਡ ਸਫਦਰ ਦਾ ਨਾਮ ਬਲੈਕ ਲਿਸਟ ਵਿੱਚ ਸ਼ਾਮਿਲ ਕਰ ਗਿਦਾ ਸ਼ਰੀਫ ਖਾਨਦਾਨ ਇਹਤਸਾਬ ਅਦਾਲਤ ਦਾ ਫੈਸਲਾ ਚੈਲੰਜ ਕਰਨ ਦੀ ਤਿਆਰੀ ਕਰ ਗਿਦੀ ਅਪੀਲਾ ਤਿਆਰ ਸੋਮਵਾਰ ਕੋ ਇਸਲਾਮਾਬਾਦ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਹੋਏ ਸਨ ਨਵਾਜ਼ ਸ਼ਰੀਫ ਨੂੰ ਵਤਨ ਵਾਪਸ ਆਉਣਾ ਚਾਹੀਦਾ ਹੈ ਉਹ ਸਿਆਸੀ ਸ਼ਹੀਦ ਕਹਿਣਾ ਬਣ ਸਕ ਸਨ ਸ਼ਾਹ ਮਹਿਮੂਦ ਕੁਰੇਸ਼ੀ ਦਾ ਮਸ਼ਵਰਾ ਆਖਿਆ ਇਹਤਸਾਬ ਦੇ ਅਮਲ ਨੂੰ ਸਿਆਸੀ ਮਕਾਸਦ ਵਿੱਚ ਇਸਤੇਮਾਲ ਕਰਨ ਦੇ ਕਾਇਲ ਕਹਿਣੀ ਫੈਸਲੇ ਤੇ ਅਮਲ ਦਰਾਮਦ ਕਰਵਾਉਣ ਸੰਗੇ ਹਰ ਮੁਮਕਿਨ ਕੋਸ਼ਿਸ਼ ਕਰੇ ਸੋ ਜਾਲੀ ਅਕਾਊਂਟਸ ਤੋਂ ਮਨੀ ਲਾਂਡਰਿੰਗ ਸਾਬਿਕ ਬੈਂਕਰ ਹੁਸੈਨ ਲਵਾਈ ਜਿਸਮਾਨੀ ਰਿਮਾਂਡ ਤੇ ਐਫਆਈਏ ਦੇ ਹਵਾਲੇ 11 ਜੁਲਾਈ ਨੂੰ ਦੁਬਾਰਾ ਪੇਸ਼ ਕੀਤਾ ਹੋਇਆ ਸੀ ਮੁਲਜ਼ਮ ਦੇ ਖਿਲਾਫ ਦਰਜ ਮੁਕਦਮੇ ਦੀ ਤਫਸੀਲ ਵੀ ਸਾਹਮਣੇ ਆ ਗਈ ਫਾਇਦਾ ਚਾਮੜਾ ਵਾਲੀਆਂ ਕੰਪਨੀਆਂ 'ਚ ਆਸਿਫ ਜ਼ਰਦਾਰੀ ਤੇ ਫਰਿਆਲ ਤਾਲਪੁਰ ਦੀ ਕੰਪਨੀ ਵੀ ਸ਼ਾਮਿਲ